ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਪੁਰਾਣੇ ਜ਼ਮਾਨੇ। ਪੁਰਾਣੇ ਜ਼ਮਾਨੇ 'ਚ ਦੁੱਧ ਉੱਤੇ 7 ਵਾਰ ਮਲਾਈ ਆਉਂਦੀ ਸੀ। ਇਹ ਮਲਾਈਆਂ ਖਾਣ ਵਾਲੇ ਇੰਨੇ ਤਗੜੇ ਹੁੰਦੇ ਸੀ ਕਿ ਜਿਨ੍ਹਾਂ ਨੇ ਘੋੜੇ ਰੱਖੇ ਹੋਏ ਸੀ ਉਹ ਸਵਾਰ ਹੋਣ ਤੋਂ ਪਹਿਲਾਂ 3-4 ਮੀਲ ਘੋੜੇ ਨਾਲ ਬਰਾਬਰ ਦੌੜਦੇ ਸਨ। 100 ਮੀਲ ਸਾਈਕਲ 'ਤੇ ਚਲੇ ਜਾਣਾ ਆਮ ਗੱਲ ਸੀ ਅਤੇ ਨਿੱਕੇ ਮੋਟੇ ਪੈਂਡੇ ਤਾਂ ਉਛਾਲਾਂ ਮਾਰਦੇ ਹੀ ਗਾਹ ਲੈਂਦੇ ਸਨ। ਉਹਨਾਂ ਲੋਕਾਂ ਕੋਲ ਇੰਨੀਆਂ ਸਹੂਲਤਾਂ ਹੀ ਨਹੀਂ ਸਨ ਕਿ ਉਹ ਆਲਸ ਭਰਿਆ ਜੀਵਨ ਜਿਉਂਦੇ। ਉਹ ਕੰਮ ਨੂੰ ਧਰਮ ਸਮਝਦੇ ਸਨ, ਇਸੇ ਕਰਕੇ ਉਹਨਾਂ ਦੀਆਂ ਨਿੱਕੀਆਂ ਕਮਾਈਆਂ 'ਚ ਵੀ ਵੱਡੀਆਂ ਬਰਕਤਾਂ ਸਨ। ਕੁੱਕੜ ਦੀ ਬਾਂਗ ਨਾਲ ਉੱਠ ਕੇ ਉਹ ਸੂਰਜ ਨੂੰ ਜੀ ਆਇਆਂ ਕਹਿਣ ਦਾ ਆਨੰਦ ਮਾਣਦੇ ਸਨ। ਉਹ ਪੈਸੇ ਇਕੱਠੇ ਕਰਨ ਨਾਲੋਂ ਇੱਜ਼ਤ ਕਮਾਉਣ ਵੱਲ ਵੱਧ ਧਿਆਨ ਦਿੰਦੇ ਸਨ। ਉਹਨਾਂ 'ਚ ਆਪਣੀ ਅਗਿਆਨਤਾ ਮੰਨਣ ਦੀ ਸਿਆਣਪ ਸੀ ਅਤੇ ਉਹ ਧਿਆਨ ਰੱਖਦੇ ਸਨ ਕਿ ਰਹਿਣ ਸਹਿਣ ਨਾਲੋਂ ਸੋਚਣ ਦਾ ਪੱਧਰ ਹਮੇਸ਼ਾ ਉੱਚਾ ਰਹੇ। ਉਹਨਾਂ ਵਿੱਚ ਦੂਜਿਆਂ ਦੀ ਨਕਲ ਕਰਨ ਦਾ ਲਾਲਚ ਨਹੀਂ ਸੀ ਅਤੇ ਨਾ ਹੀ ਦੂਜਿਆਂ ਵਰਗਾ ਨਾ ਬਣ ਸਕਣ ਦੀ ਚਿੰਤਾ ਸੀ। ਉਹ ਜਾਣਦੇ ਸਨ ਕਿ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਦੂਜਿਆਂ ਦੀ ਮਦਦ ਕਰਦੇ ਹੈ। ਉਹ ਸੰਜਮੀ ਸਨ ਕਿਉਂਕਿ ਉਹ ਆਪਣੀਆਂ ਲੋੜਾਂ ਅਤੇ ਇੱਛਾਵਾਂ ਆਪਣੇ ਵਸੀਲਿਆਂ 'ਚੋਂ ਪੂਰੀਆਂ ਕਰਦੇ ਸਨ। ਉਹ ਰਾਤੋ ਰਾਤ ਅਮੀਰ ਹੋਣ ਦੀ ਲਾਲਸਾ ਤੋਂ ਮੁਕਤ ਸਨ। ਨਵੇਂ ਫੈਸ਼ਨਾਂ ਅਨੁਸਾਰ ਬਦਲਣ ਦੀ ਥਾਂ ਉਹ ਨਰੋਈ ਪਰੰਪਰਾ ਦੇ ਚਲਾਏ ਚੱਲਦੇ ਸਨ। ਇਹ ਸਭ ਕੁਝ ਇਸ ਲਈ ਸੀ ਕਿਉਂਕਿ ਆਧੁਨਿਕ ਨਹੀਂ ਪੁਰਾਣੇ ਜ਼ਮਾਨੇ ਦੇ ਲੋਕ ਸਨ। ਭਾਰਤ ਦੀ ਪਰੰਪਰਾ ਨੂੰ ਵੇਖਣ ਵਾਸਤੇ ਬਨਾਰਸ ਜਾਣਾ ਪਏਗਾ। ਕਾਸ਼ੀ ਜਾਂ ਬਨਾਰਸ ਭਾਰਤ ਦਾ ਸਦੀਵੀ ਨਗਰ ਹੈ, ਮੌਤ ਦੇ ਪ੍ਰਭਾਵ ਤੋਂ ਮੁਕਤ, ਪਰੰਪਰਾ ਦਾ ਇੱਕੋ ਇੱਕ ਸਦਾ ਜਿਉਂਦਾ ਨਗਰ ਹੈ। ਇਹ ਪੁਰਾਤਨ ਤੋਂ ਵੀ ਪੁਰਾਣਾ ਹੈ। ਇਹ ਸ਼ਿਵ ਦਾ ਨਿਵਾਸ ਸਥਾਨ ਹੈ, ਬੁੱਧ ਦਾ ਪਹਿਲਾ ਪ੍ਰਵਚਨ ਇੱਥੇ ਹੋਇਆ ਸੀ। ਭਾਰਤ ਦੀ ਅਧਿਆਤਮਕ ਅਤੇ ਦਾਰਸ਼ਨਿਕ ਰਾਜਧਾਨੀ ਹੋਣ ਕਰਕੇ ਬਨਾਰਸ ਹਰੇਕ ਧਾਰਮਿਕ ਯਾਤਰੀ ਦੀ ਮੰਜ਼ਿਲ ਰਿਹਾ। ਇਹ ਪਤੰਜਲੀ, ਸ਼ੰਕਰ ਅਤੇ ਰਾਮਾਨੁਜ ਦੇ ਫਲਸਫੇ ਦਾ ਕੇਂਦਰ ਅਤੇ ਭਾਰਤੀ ਸੱਭਿਅਤਾ ਦਾ ਧੁਰਾ ਰਿਹਾ। ਕਬੀਰ ਰਾਮਾਨੰਦ ਆਦਿ ਨੇ ਬਾਣੀ ਉਚਾਰਨੀ ਇੱਥੋਂ ਹੀ ਸ਼ੁਰੂ ਕੀਤੀ ਸੀ। ਇਸ ਨਗਰ ਨੇ ਨਾਨਕ ਨੂੰ ਨਿਹਾਰਿਆ ਸੀ। ਇਸ ਨਗਰ ਦੇ ਵਾਤਾਵਰਨ 'ਚ ਮੁਕਤ ਕਰਨ ਵਾਲੀ ਜੀਵਨ ਜਾਚ ਦੇ ਸੁਨੇਹੇ ਹਨ। ਗੰਗਾ ਜਮਨਾ ਦੀ ਸਾਂਝੀ ਤਹਿਜ਼ੀਬ ਵਾਲੇ ਇਹਦੇ ਘਾਟਾਂ 'ਤੇ ਕਈ ਜ਼ਮਾਨੇ ਆਏ ਅਤੇ ਨੱਚ ਕੇ ਲੰਘ ਗਏ। ਅਨੇਕਾਂ ਪਰਿਵਰਤਨ ਵਾਪਰੇ ਜਿਹੜੇ ਆਪਣਾ ਚਿਹਰਾ ਵਿਖਾ ਕੇ ਲੋਪ ਹੋ ਗਏ। ਇਸ ਨਗਰ 'ਚ ਪੁਰਾਣੇ ਜ਼ਮਾਨੇ ਦੇ ਵੇਰਵਿਆਂ ਦੇ ਢੇਰ ਲੱਗੇ ਪਏ ਹਨ। ਬਨਾਰਸ ਨੇ ਸਭ ਕੁਝ ਪ੍ਰਵਾਨ ਕਰਕੇ ਆਪਣਾ ਬਣਾ ਕੇ ਸੰਭਾਲਿਆ ਹੋਇਆ। ਇਹਦੀ ਆਧੁਨਿਕਤਾ ਵਿੱਚ ਭਾਰਤ ਦਾ ਅਤੀਤ ਝਲਕਦਾ ਹੈ। ਸਮੁੱਚੇ ਜੀਵ ਜੰਤੂ ਜਗਤ ਵਿੱਚ ਕੇਵਲ ਮਨੁੱਖ ਕੋਲ ਅਤੀਤ ਅਤੇ ਭਵਿੱਖ ਦੀ ਸੋਝੀ ਹੈ ਅਤੇ ਕੇਵਲ ਮਨੁੱਖ ਹੈ ਜੋ ਵਰਤਮਾਨ ਵਿੱਚ ਅਤੀਤ ਨੂੰ ਯਾਦ ਕਰ ਸਕਦਾ ਹੈ। ਇਸੇ ਲਈ ਕਹਿੰਦੇ ਹੈ, ਜਿਸ ਵਰਤਾਰੇ ਦਾ ਵਰਤਮਾਨ ਹੈ ਉਹਦਾ ਅਤੀਤ ਵੀ ਹੋਏਗਾ। ਤਬਦੀਲੀਆਂ ਬਾਹਰ ਵਾਪਰਦੀਆਂ ਹਨ ਜਦਕਿ ਮਨੁੱਖ ਦਾ ਅੰਦਰਲਾ ਲਗਭਗ ਸਥਿਰ ਹੀ ਰਹਿੰਦਾ ਹੈ। ਜਿਵੇਂ ਗਿੱਧੇ ਦੀਆਂ ਮੇਲਣਾਂ ਵਾਂਗ ਮੌਸਮ ਗੇੜਾ ਕੱਢ ਕੇ ਮੁੜ ਆਉਂਦੇ ਹਨ, ਉਵੇਂ ਪਰੰਪਰਾ ਲੋਪ ਹੁੰਦੀ ਹੁੰਦੀ ਮੁੜ ਸਥਾਪਿਤ ਹੋ ਜਾਂਦੀ ਹੈ। ਪਰੰਪਰਾ ਹਮੇਸ਼ਾ ਬੜੀ ਲੰਮੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ, ਜਦਕਿ ਪਰਿਵਰਤਨ ਫੁੱਲਝੜੀ ਵਾਂਗ ਛਿੰਨ ਭੰਗਰ ਪ੍ਰਭਾਵ ਪਾ ਕੇ ਹਾਥੀ ਚਾਲ ਵਾਲੀ ਵਿਸ਼ਾਲ ਪਰੰਪਰਾ ਦਾ ਹੀ ਭਾਗ ਬਣ ਜਾਂਦੇ ਹਨ। ਪਰੰਪਰਾ ਦੇ ਡੂੰਘੇ ਪ੍ਰਭਾਵ ਕਾਰਨ ਹੀ ਮਨੁੱਖ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦਾ ਹੈ।
ਜਿਹਨੂੰ ਅਸੀਂ ਨਵਾਂ ਕਹਿੰਦੇ ਹਾਂ, ਉਹਨੂੰ ਪਰੰਪਰਾ ਹੀ ਉਸਾਰਦੀ ਹੈ। ਨਵਾਂ ਪ੍ਰਵਾਨ ਹੀ ਪਰੰਪਰਾ ਦੀ ਗਵਾਹੀ ਨਾਲ ਹੁੰਦਾ ਹੈ। ਇਸੇ ਕਰਕੇ ਨਵਾਂ ਕੁਛ ਚਿਰ ਮਗਰੋਂ ਪੁਰਾਣਾ ਲੱਗਣ ਲੱਗ ਪੈਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਨਾ ਕੋਈ ਵਿਚਾਰ ਨਾ ਕੋਈ ਵਿਹਾਰ ਅਸਲੋਂ ਨਵਾਂ ਹੁੰਦਾ ਹੈ। ਮਨੁੱਖ ਕਿਧਰੇ ਵੀ ਚਲਾ ਜਾਏ ਆਪਣੇ ਮੂਲ ਨਾਲ ਜੁੜਨ ਲਈ ਤੰਗਦਾ ਰਹਿੰਦਾ ਹੈ। ਮਨੁੱਖ ਨੂੰ ਵਿਰਸੇ 'ਚ ਜੋ ਕੁਝ ਪ੍ਰਾਪਤ ਹੁੰਦਾ ਹੈ ਉਸ ਨੂੰ ਆਪਣੇ ਅਨੁਭਵ ਨਾਲ ਤਸਦੀਕ ਕਰਕੇ ਅਗਲੀ ਪੀੜ੍ਹੀ ਨੂੰ ਸੰਭਾਲ ਕੇ ਆਪ ਅਗਲੇ ਜਹਾਨ ਤੁਰ ਜਾਂਦਾ ਹੈ। ਪਰੰਪਰਾ ਨੂੰ ਦ੍ਰਿੜ ਕਰਦੀਆਂ ਮਿਥਿਹਾਸਿਕ ਕਹਾਣੀਆਂ 'ਚ ਜੀਵਨ ਦੇ ਸਦੀਵੀ ਅਰਥ ਹੁੰਦੇ ਹਨ। ਸਮਾਜਿਕ ਪਰੰਪਰਾ ਵਿੱਚ ਜੋਸ਼ ਇਸਤਰੀਆਂ ਭਰਦੀਆਂ ਹਨ ਜਦੋਂ ਕਿ ਇਸ ਪਰੰਪਰਾ ਨੂੰ ਚਲਾਉਂਦੇ ਪੁਰਸ਼ ਹਨ। ਮੇਰੀ ਦਾਦੀ ਨੇ ਆਪਣੀ ਦਾਦੀ ਦੀ ਦਾਦੀ ਤੋਂ ਜੋ ਕੁਝ ਪ੍ਰਾਪਤ ਕੀਤਾ ਉਹ ਮੇਰੇ ਬੱਚਿਆਂ ਦੀ ਦਾਦੀ ਨੂੰ ਸੰਭਾਲ ਗਈ ਹੈ। ਜੇ ਅਜੋਕੀ ਚਮਕ ਨੂੰ ਵਿਸਾਰ ਕੇ ਵੇਖੀਏ ਅੱਜ ਵੀ ਸਭ ਕੁਝ ਉਵੇਂ ਹੀ ਹੋ ਰਿਹਾ ਜਿਵੇਂ ਸਦੀਆਂ ਤੋਂ ਹੁੰਦਾ ਆ ਰਿਹਾ। ਧੰਨਵਾਦ।